ਸਿੱਖ ਧਰਮ ਵਿੱਚ ਦਸਵੰਧ ਕੱਢਣ ਦੀ ਆਪਣੀ ਹੀ ਪਰੰਪਰਾ ਹੈ, ਜਿਸ ਦੇ ਤਹਿਤ ਗੁਰੂ ਘਰਾਂ ਦੀ ਸਾਂਭ ਸੰਭਾਲ ਅਤੇ ਗਰੀਬ ਗੁਰਬਿਆਂ ਦੀ ਮਦਦ ਕੀਤੀ ਜਾਂਦੀ ਹੈ। ਇੰਨੀ ਦਿਨੀ ਲੁਧਿਆਣਾ ਦੇ CMC ਚੌਂਕ ਨੇੜੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਜਿਸ ਵਿੱਚ ਹਰ ਕੋਈ ਸੇਵਾ ਨਿਭਾ ਰਿਹਾ ਹੈ ਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਇਤਿਹਾਸਕ ਸਥਾਨ ਹੈ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਸੰਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਦੇ ਨਾਲ 92 ਲੱਖ ਰੁਪਏ ਦੀ ਜਗ੍ਹਾ ਖਰੀਦੀ ਗਈ ਹੈ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਜੋ ਕਾਰਜ ਨੇਪਰੇ ਚੜ੍ਹ ਸਕਦਾ ਹੈ। ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨੇ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਨੇ ਜੋ ਇਹ ਇਮਾਰਤ ਲਈ ਹੈ, ਜੋ ਜਗ੍ਹਾ ਲਈ ਹੈ, ਉਸ ਵਿੱਚ ਸੇਵਾ ਪਾਓ ਤਾਂ ਕਿ ਦਸੰਬਰ ਵਿੱਚ ਜੋ ਰਜਿਸਟਰੀ ਬਾਕੀ ਪੈਸੇ ਦੇ ਕੇ ਕਰਾਉਣੀ ਹੈ ਉਹ ਪੈਸੇ ਇਕੱਠੇ ਹੋ ਸਕਣ।